ਟੁੱਟ ਕੇ, ਅਸੀਂ ਕੁਦਰਤ ਨਾਲੋਂ ਟੁੱਟ ਕੇ ਆਪਦੀ ਵੱਧ ਝਾੜ ਦੀ ਮਨਸ਼ਾ ਨਾ ਕੈਮੀਕਲ ਦੇਤਾ ਅਤੇ ਉਹਦੇ ਨਾਲ ਜਿਹੜੀ ਕਲੋਰੋਫਿਲ ਵਧਾਤੀ, ਕਲੋਰੋਫਿਲ ਵਧਣ ਨਾਲ ਸੁੰਡੀ ਆ ਗਈ, ਸੁੰਡੀ ਆਉਣ ਦੇ ਬਾਅਦ ਦੇ ਵਿੱਚ ਉਹ ਤਿਲ ਆ ਗਿਆ। ਸੋ ਅਸੀਂ ਜਿਹੜਾ ਉਹ ਮੈਂਟੇਨ ਵਿਗਾੜਤਾ ਸਰ ਕੁਦਰਤ ਦੇ ਵਧਾਉਣ 'ਚ, ਜਾਣੀ ਅਸੀਂ ਦਖਲ ਦੇਤਾ। ਜਦੋਂ ਅਸੀਂ ਕੁਦਰਤ 'ਚ ਦਖਲ ਦੇਵਾਂਗੇ ਤਾਂ ਉਦੋਂ ਸਾਨੂੰ ਇਹ ਨੌਬਤਾਂ ਆਉਂਦੀਆਂ। ਸੋ ਅਸੀਂ ਜਦੋਂ ਅਸੀਂ ਇਹਨੂੰ ਕੁਦਰਤ ਦੇ ਨਾਲ ਰਲ ਕੇ ਚੱਲਾਂਗੇ, ਜਦੋਂ ਅਸੀਂ ਖਾਦ ਹੀ ਨਾ ਪਾਈ ਤਾਂ ਸਾਨੂੰ ਇਹ ਬਿਲਕੁਲ ਨਹੀਂ ਆਉਣਗੇ। ਦੂਜੀ ਗੱਲ ਰਹਿ ਗਈ ਇਹ ਜੀ ਵੀ ਜਿਹੜੀ ਇਹ ਨਾ ਕੁਦਰਤੀ ਖੇਤੀ ਵੀ ਜਿਹੜੀ ਕੈਮੀਕਲ ਖੇਤੀ ਆ, ਅਸਲ ਸਾਡੇ ਸਾਇੰਸਦਾਨਾਂ ਨੇ ਕਿਸਾਨਾਂ ਨੂੰ ਐਸੀ ਜਕੜ 'ਚ ਜੜ ਲਿਆ, ਸਾਨੂੰ ਉਹ ਬਹੁਤ ਨੇੜੇ ਨੇੜੇ ਬੀਜਣ ਲਾਤਾ। ਜਦੋਂ ਅਸੀਂ ਸੂਰਜ ਆ ਜਿਹੜਾ ਸਾਡਾ ਇਹ 90% ਦਿੰਦਾ, ਜਿੰਨੀਆਂ ਵੀ ਖਾਦਾਂ ਜੋ ਡਾ ਫਾਸਫੋਰਸ ਆ, ਜੋ ਨਾਈਟ੍ਰੋਜਨ ਆ, ਜੋ ਪੋਟਾਸ਼ ਆ, ਜੋ ਵੀ ਤੱਤ ਆ ਸਾਡੇ 90% ਸੂਰਜ ਦਿੰਦਾ, 2.5% ਹਵਾ, 7.5% ਹਵਾ 'ਚ ਆ, 2.5% ਸਭ ਧਰਤੀ ਪੂਰਾ ਕਰਦੀ ਆ। ਸੋ ਇਹ ਕਰਕੇ ਜਿਹੜੀ ਜਿਵੇਂ ਸਾਨੂੰ ਜਿਹੜੇ ਅੱਜ ਸਾਡੇ ਸਾਇੰਸਦਾਨ ਆ ਨਾ, ਉਹਨਾਂ ਨੇ ਸਾਨੂੰ ਸੂਰਜ ਨੂੰ ਬਿਲਕੁਲ ਅਣਗੌਲਿਆ ਕਰਤਾ, ਕੰਮ ਨਹੀਂ ਲਿਆ, ਨਾ ਹਵਾ ਨੂੰ ਅਣਗੌਲਿਆ ਕਰਤਾ, ਸਿਰਫ ਜਿਹੜੀ 2.5% ਆ ਧਰਤੀ ਦੀਆਂ ਖੋਜਾਂ ਚੱਲਦੀਆਂ। ਵੇਖੋ ਅੱਜ ਮੈਂ ਤਾਂ ਇਹ ਸਾਜ਼ਿਸ਼ ਹੀ ਕਹੂੰਗਾ, ਅੱਜ ਤੱਕ ਕੁਦਰਤੀ ਖੇਤੀ ਰਾਹੀਂ ਵੀ ਅਸੀਂ ਬਹੁਤ ਪ੍ਰਾਪਤੀਆਂ ਕਰ ਸਕਦੇ ਹਾਂ ਔਰ ਝਾੜ ਲੈ ਰਹੇ ਹਾਂ। ਤੁਸੀਂ ਆਹ ਘੁਮਾਓ ਕੈਮਰਾ ਕਿਵੇਂ ਘੁਮਾ ਖੜਾ, ਇਹਦੇ 'ਤੇ ਕੋਈ ਕੈਮੀਕਲ, ਕੋਈ ਰੇਹ ਸਪਰੇ ਕੁਛ ਨਹੀਂ ਪਿਆ। ਅਤੇ ਇਹ ਮਤਲਬ ਜਦੋਂ ਸਾਨੂੰ ਜਿੱਥੇ ਇੱਕ ਪਾਸੇ ਤੁਸੀਂ ਖਾਦਾਂ ਵਾਲੇ ਦੇ ਜਾ ਕੇ ਵੇਖਿਓ ਵੀ ਜਿੰਨੇ ਵੀ ਖਾਦ ਪਾਉਣੇ, ਕਿਉਂਕਿ ਸਾਥੋਂ ਸਾਨੂੰ ਪਹਿਲਾਂ ਹੀ ਉਹਨਾਂ ਨੇ ਚਾਲੋਂ ਕੱਢਤਾ ਵੀ ਫਸਲ ਬਹੁਤ ਸੰਘਣੀ ਬੀਜਣੀ। ਜਦੋਂ ਅਸੀਂ ਸੰਘਣੀ ਫਸਲ ਬੀਜਤੀ ਉਦੋਂ ਹੀ ਸਾਨੂੰ ਜਿਹੜਾ ਨਾਲ ਹੀ ਬਿਮਾਰੀਆਂ ਆਉਣੀਆਂ, ਸਾਨੂੰ ਰੇਹ ਪਾਉਣਾ ਪਊ, ਕਿਉਂਕਿ ਜਦੋਂ ਅਸੀਂ ਸੂਰਜ ਤੋਂ ਟੁੱਟ ਗਏ, ਜਦੋਂ ਅਸੀਂ ਹਵਾ ਦੀ ਦਿਸ਼ਾ ਤੋਂ ਟੁੱਟ ਗਏ ਤਾਂ ਸਾਡੇ ਜਿਹੜੇ ਬੂਟੇ ਨੇ ਵਿਕਾਸ ਨਹੀਂ ਕਰਨਾ, ਉਹਨੂੰ ਮਿਲਣੇ ਨਹੀਂ। ਜਦੋਂ ਨਾ ਮਿਲੇ ਸਾਨੂੰ ਉਹ 'ਤੇ ਰੇਹ ਪਾਉਣਾ ਪਊ, ਜਦੋਂ ਰੇਹ ਪਾਉਣਾ ਪਿਆ ਫਿਰ ਨਾਲ ਹੀ ਉਹਦੇ ਸਪਰੇਅ ਕਰਨੀ ਪਊ, ਰੋਗ ਮਗਰ ਆਉਣਗੇ। ਸੋ ਸਾਨੂੰ ਜਿਹੜੀ ਜਿੰਨੇ ਵੀ ਕਿਸਾਨ ਖੇਤੀ ਕਰਨੀ ਚਾਹੁੰਦੇ ਆ, ਪਹਿਲੀ ਗੱਲ ਤਾਂ ਇਹ ਆ ਵੀ ਉਹਦੀ ਹਵਾ ਦੀ, ਸੂਰਜ ਦੀ ਦਸ਼ਾ ਵੀ ਜਿਹੜੀ ਵੇਖ ਕੇ ਹਵਾ ਸਿਆੜ, ਘੱਟੋ ਘੱਟ ਸਿਆੜ ਜਿਵੇਂ ਆ ਤੁਹਾਨੂੰ ਹੁਣ ਜਿਹਦੇ ਆ ਸਾਡੇ 1-5 ਫੁੱਟ ਦੇ ਆ, ਸਿਆੜਾਂ ਵਿੱਚ 1-4 ਅਤੇ 1-5 ਦੇ ਆ ਜੀ, ਉਹ ਵੀ 4 ਤੇ ਤਾਂ ਕਰਿਆ ਇੱਕ ਵੀ ਉਹ ਬੰਨਣਾ ਪੈਂਦਾ, ਨਹੀਂ ਕਮਾਲ ਡਿੱਗਦਾ। ਸੋ ਜੇ ਅਸੀਂ ਜਿਹੜੀ ਦਿਸ਼ਾ ਉਹਨੂੰ ਸਹੀ ਦੇਵਾਂਗੇ, ਅਸੀਂ ਸੂਰਜ ਤੋਂ ਕੰਮ ਲਵਾਂਗੇ, ਅਸੀਂ ਹਵਾ ਤੋਂ ਕੰਮ ਲਵਾਂਗੇ, ਤਾਂ ਸਾਨੂੰ ਖਾਦ ਦੀ ਬਿਲਕੁਲ ਵੀ ਲੋੜ ਨਹੀਂ, ਆ ਤੁਹਾਡੇ ਸਾਹਮਣੇ ਖੜਾ, ਅਤੇ ਨਾ ਹੀ ਸਾਨੂੰ ਸਪਰੇਅ ਦੀ ਲੋੜ ਪੈਣੀ, ਕਿਉਂਕਿ ਜਿਹੜੀ ਕੁਦਰਤ ਆ, ਜੋ ਅਸੀਂ ਮਤਲਬ ਜਿਹੜੀ ਸੂਰਜ ਆ ਜਿਹੜਾ ਬੜਾ ਮਹਾਨ ਸੋਮਾ ਹੈ ਨਾ ਸਾਡੇ ਕੋਲ, ਅਸੀਂ ਉਹ ਤੋਂ ਕੰਮ ਲੈਂਦੇ ਹਾਂ। ਸੂਰਜ ਹੀ ਸਾਡੀ ਘਰ ਪੂਰੀ ਕਰਦਾ ਹਵਾ ਦੀ, ਆਪਣੇ ਦੀ ਖਾਦਾਂ ਦੀ, ਅਤੇ ਸੂਰਜ ਹੀ ਘਰ ਪੂਰੀ ਕਰਦਾ ਸਾਡੀ ਸਪਰੇਹਾਂ ਦੀ। ਜਿਵੇਂ ਇੱਕ ਫੌਜੀ ਦੀ ਗੰਨ ਮੂਹਰੇ ਕੋਈ ਚੀਜ਼ ਨਹੀਂ ਖੜ੍ਹਦੀ, ਉਵੇਂ ਜਦੋਂ ਸੂਰਜ ਦੀ ਦਿਸ਼ਾ ਜਿਹੜੀ ਸਹੀ ਦਿਸ਼ਾ 'ਚ ਧੁੱਪ ਪਊਗੀ ਜਿੱਥੇ, ਉੱਥੇ ਬਿਲਕੁਲ ਰੋਗ ਨਹੀਂ ਆਉਣਗੇ ਜੇ ਆਪਾਂ ਰੇ ਨਾ ਪਾਵਾਂਗੇ। ਠੀਕ ਹੈ ਜੀ, ਇਹ ਮਤਲਬ ਇਸ ਦਿਸ਼ਾ 'ਚ ਚੱਲ ਕੇ ਅਸੀਂ ਸਭ ਬਿਲਕੁਲ ਕੈਮੀਕਲ ਮੁਕਤ ਔਰ ਝਾੜ ਵੀ ਪੂਰਾ, ਇਹ ਨਹੀਂ ਵੀ ਅਸੀਂ ਝਾੜ ਘੱਟ ਆਊਗਾ। ਜਦੋਂ ਅਸੀਂ ਇਹ ਨਹੀਂ ਸਮਝ ਲਿਆ, ਜਦੋਂ ਅਸੀਂ ਸੂਰਜ ਨੂੰ ਸਮਝ ਲਿਆ, ਜਦੋਂ ਅਸੀਂ ਸਪੇਸ ਨੂੰ, ਵੇਖੋ ਜੀ 3 ਹਿੱਸੇ ਆ, ਸਪੇਸ, ਸੈੱਲ ਅਤੇ ਸਮਾਂ। ਬੀਜਣਾ ਕਦੋਂ? ਇੱਕ ਤਾਂ ਸਮਾਂ, ਬਿਜਾਈ ਦਾ ਟਾਈਮ ਬੰਦੇ ਨੂੰ ਪਤਾ ਹੋਣਾ ਚਾਹੀਦਾ, ਇੱਕ ਸੈੱਲ ਪਾਣੀ ਕਿਵੇਂ ਦੇਣਾ। ਕਿਸੇ ਵੀ ਬੂਟੇ ਨੂੰ ਜਦੋਂ ਅਸੀਂ ਜੜ੍ਹ ਨੂੰ ਪਾਣੀ ਲਾਉਂਦੇ ਹਾਂ, ਅਸੀਂ ਉਹਦਾ ਗਲ ਘੁੱਟ ਦਿੰਦੇ, ਉਹਦੀ ਹਵਾ ਬੰਦ ਕਰ ਦਿੰਦੇ ਹਾਂ। ਸੋ ਸਾਨੂੰ ਇਹ ਦੂਜੀ ਹੈ ਵੀ ਪਾਣੀ ਸੈੱਲ ਕਿਵੇਂ ਦੇਣੀ, ਹਰ ਬੂਟਾ ਸੈੱਲ ਹੀ ਮੰਗਦਾ ਹੈ। ਅੱਜ ਸਾਡੇ ਕਿਸਾਨ ਆ ਜਿਹੜੇ ਉਹ ਕਹਿੰਦੇ ਝੋਨਾ ਦਾ ਪਾਣੀ ਦੀ ਮੱਛੀ ਆ, ਖਾ ਲੋਕੋ, ਪਾਣੀ ਦੀ ਮੱਛੀ ਨਹੀਂ ਦੋਸਤੋ, ਇਹਦੇ 'ਚ ਗੌਣਾ ਝੋਨੇ 'ਚ ਵੀ ਉਹ ਪਾਣੀ ਨਾਲ ਮਰਦਾ ਨਹੀਂ, ਬਸ ਆਹ ਗੱਲ ਆ, ਉਹਦੇ 'ਚ ਗੁਣ ਵਾਧੂ ਆ, ਅਤੇ ਅਸੀਂ ਉਹਨੂੰ ਪਾਣੀ ਦੀ ਮੱਛੀ ਬਣਾ ਲਿਆ। ਝੋਨਾ ਵੀ ਸੈੱਲ ਹੀ ਮੰਗਦਾ, ਸਾਡੀ ਸਾਰੀ ਫਸਲ ਪਾਣੀ ਨਹੀਂ ਮੰਗਦੀ, ਸੈੱਲ ਮੰਗਦੀ ਆ। ਸੋ ਜੇ ਅਸੀਂ ਇੱਧਰ ਤੁਰਾਂਗੇ ਜਿੱਥੇ ਅਸੀਂ ਪਾਣੀ ਦੀ ਰੱਖਿਆ ਕਰਾਂਗੇ, ਇਹ ਜਿਹੜੀ ਨੈਚਰਲੀ ਖੇਤੀ ਆ, ਇਹ ਇਕੱਲੇ ਪ੍ਰਦੂਸ਼ਣ ਦਾ ਹੱਲ ਨਹੀਂ, ਵੀ ਕਿੱਥੇ ਇੱਕ ਤਾਂ ਅਸੀਂ ਅੱਗ ਨਹੀਂ ਲਾਉਂਦੇ ਇਹਨੂੰ, ਇਹਦਾ ਨਾਲ ਅਸੀਂ ਪਾਣੀ ਰੱਖਿਆ ਕਰਾਂਗੇ। ਅੱਜ ਪਾਣੀਆਂ ਵਾਸਤੇ ਰੌਲੇ ਪੈ ਰਹੇ ਆ। ਮੈਂ ਕਹਿੰਦਾ ਜਿੱਦਾਂ ਅਸੀਂ ਕੁਦਰਤੀ ਖੇਤੀ ਨਾਲ ਜੁੜ ਗਏ, ਸਾਨੂੰ ਪਾਣੀ ਦੀ ਕੋਈ ਲੋੜ ਨਹੀਂ, ਪਾਣੀ ਸਾਡਾ ਤਾਂ ਆਊਗਾ। ਜਿਹੜੀ ਸਾਡੀ ਨਜਾਇਜ਼ ਵਰਤੋਂ ਕਰੀ ਆ ਅਸੀਂ ਪਾਣੀ ਦੀ, ਜਿਹੜੀ ਸਾਡੀ ਬੇਸਮਝੀ ਕਹੂੰ, ਬੇਸ਼ੱਕ ਸਾਇੰਸਦਾਨਾਂ ਦੀ ਇਹ ਸਮਝ ਆ, ਪਰ ਮੈਂ ਇਹਨੂੰ ਬੇਸਮਝੀ ਕਹਿੰਦਾ ਵੀ ਅਸੀਂ ਬੇਸਮਝੀ ਨਾਲ ਅਧੂਰੀ ਖੇਤੀ, ਕੈਮੀਕਲ ਖੇਤੀ, ਅਧੂਰੀ ਖੇਤੀ, ਅਧੂਰਾ ਮਾਡਲ ਆ ਉਹ ਜਿਹੜਾ ਖਾਦਾਂ ਵਾਲਾ ਸਾਡੇ 'ਤੇ ਜਿਹੜਾ ਪਰੋਸਿਆ, ਜਿੱਦੇ ਅਸੀਂ ਉਹ ਤੋਂ ਟੁੱਟ ਕੇ ਅਸੀਂ ਇਸ ਮਾਡਲ ਨੂੰ ਅਪਣਾ ਲਿਆ, ਜਿੱਥੇ ਉੱਥੇ ਕਿਸਾਨ ਮਾਲੋ ਮਾਲ ਹੋਊਗਾ, ਉੱਥੇ ਸਾਡਾ ਜਿਹੜਾ ਗਰੀਬ ਆ ਵੇਖੋ ਰੁਜ਼ਗਾਰ ਕਰੂਗਾ। ਅੱਜ ਵੀ ਮੇਰੇ ਕੋਲ 10-12 ਬੰਦੇ ਹਰ ਵਕਤ ਰਹਿੰਦੇ ਆ, ਜੇ ਅਸੀਂ ਨਾਲੇ ਗਰੀਬ ਨੂੰ ਰੁਜ਼ਗਾਰ ਮਿਲੂਗਾ, ਕਿਸਾਨ ਨੂੰ ਆਪਦੀ ਮਿਹਨਤ ਦਾ ਮੁੱਲ ਮਿਲੂਗਾ, ਔਰ ਸਭ ਤੋਂ ਵੱਡੀ ਗੱਲ ਇਹ ਆ ਇਹਦੇ ਸਾਡੀ ਜਿਹੜੀ ਕਿਰਤ ਆ ਇਹਦੇ 'ਚ, ਜਾਂ ਤਾਂ ਕਿਸਾਨ ਨੂੰ ਪੈਸਾ ਮਿਲਣਾ ਜਾਂ ਗਰੀਬ ਨੂੰ, ਨਾ ਕਿਸੇ ਅਸੀਂ ਰੇਹ ਵਾਲੇ ਨੂੰ ਦੇਣਾ, ਨਾ ਸਪਰੇਅ ਵਾਲਿਆਂ ਨੂੰ, ਕਿਸੇ ਨੂੰ ਪੈਸਾ ਨਹੀਂ ਜਾਣਾ।
ਸਾਡੇ ਦੋ ਕੋਲੇ ਰਹਿਣਾ। ਅੱਜ ਇਹ ਦੋਨੇ ਨੌਬਤ 'ਚ ਫਸੇ ਵੇ ਆ, ਕਿਸਾਨ ਅਤੇ ਗਰੀਬ। ਔਰ ਇਹ ਖੇਤੀ ਆ ਜਿਹੜੀ ਨੈਚੁਰਲੀ, ਇਹਦੇ 'ਚ ਬਿਜ਼ਨਸਮੈਨਾਂ ਦੇ ਨਾ ਕਿਸੇ ਆੜ੍ਹਤੀਆਂ ਨੂੰ ਸਾਥੋਂ ਲਾਭ ਮਿਲਣਾ, ਕਿਉਂਕਿ ਸਾਡੀ ਹੱਥੋਂ ਹੱਥ ਸਾਡੀ ਖੇਤੀ ਅੰਮ੍ਰਿਤ ਸਿਉਣਾ, ਅਸੀਂ ਘਰੇ ਵੇਖਦੀ ਸਾਡੀ, ਸਾਨੂੰ ਕਿਤੇ ਵੇਚਣ ਜਾਣ ਦੀ ਲੋੜ ਨਹੀਂ ਪੈਂਦੀ। ਸੋ ਇਹ ਸਭ ਤੋਂ ਵੱਡੀ ਗੱਲ ਇਹ ਆ ਵੀ ਜਿਹੜੇ ਦੋਨੇ ਇਹ ਫਿਰਕੇ ਆ ਜਿਹੜੇ ਅੱਜ ਜਿਨ੍ਹਾਂ 'ਤੇ ਮੈਂ ਬੋਝ ਸਮਝਦੇ ਆਪਾਂ, ਇਹ ਖੇਤੀ ਦਾ ਸਾਡਾ ਗਰੀਬ ਨੂੰ ਅਤੇ ਇਹਦਾ ਕਿਸਾਨ ਨੂੰ ਫਾਇਦਾ। ਸਾਨੂੰ ਇਹ ਖੇਤੀ ਕਰਕੇ ਸਮੁੱਚੀ ਮਨੁੱਖਤਾ ਦੇ, ਜਿੱਥੇ ਅਸੀਂ ਪਾਣੀ 'ਚ, ਜਿੱਥੇ ਅਸੀਂ ਪ੍ਰਦੂਸ਼ਣ 'ਚ, ਉੱਥੇ ਅਸੀਂ ਸਰੀਰਕ ਤੌਰ 'ਤੇ ਅੱਜ ਸਾਰੀ ਦੁਨੀਆ ਜਿਹੜੇ ਆਪਾਂ ਕੈਮੀਕਲ ਖੇਤੀ ਦੀ ਗੱਲ ਕਰਦੇ ਹਾਂ, ਅਧੂਰੀ ਕਹਿੰਦਾ ਮੈਂ ਤਾਂ ਇਹਨੂੰ, ਇਹ ਅਧੂਰੀ ਖੇਤੀ ਆ। ਅਤੇ ਆਹ ਖੇਤੀ ਆ ਜਿਹੜੀ ਇਹ ਸੰਪੂਰਨ ਖੇਤੀ ਆ, ਇਹ ਜਿਵੇਂ ਅੱਜ ਹੈ ਇਵੇਂ ਹੀ ਫੇਰ ਹੋਣੀ ਆ। ਇਹਦੇ 'ਤੇ ਸਾਨੂੰ ਕੋਈ ਖਰਚ ਨਹੀਂ ਵਧਣਾ ਗਾ, ਇਹਦੇ 'ਤੇ ਮਤਲਬ ਸਾਡੀ ਸੰਪੂਰਨ ਅਤੇ ਸੰਪੂਰਨ ਹੀ ਖੁਰਾਕ ਆ। ਜਦੋਂ ਸੰਪੂਰਨ ਖੇਤੀ ਆ, ਸੰਪੂਰਨ ਖੁਰਾਕ ਆ, ਇਹਦੇ ਨਾਲ ਜਿਹੜਾ ਬੰਦਾ ਤੰਦਰੁਸਤ ਰਹੂਗਾ। ਸੋ ਸਾਨੂੰ ਇਸ ਦਿਸ਼ਾ 'ਚ ਆਵਾਂਗੇ, ਅਸੀਂ ਸਾਰਾ ਕੁਛ ਬਚਾਵਾਂਗੇ, ਅਸੀਂ ਪਾਣੀ ਬਚਾਵਾਂਗੇ, ਪ੍ਰਦੂਸ਼ਣ ਬਚਾਵਾਂਗੇ, ਗਰੀਬਾਂ ਨੂੰ ਬਚਾਵਾਂਗੇ, ਉੱਥੇ ਨਾਲ ਅਸੀਂ ਸਮੁੱਚੀ ਮਨੁੱਖਤਾ ਨੂੰ ਬਚਾਵਾਂਗੇ। ਜਿਹੜਾ ਕੈਮੀਕਲ ਖੇਤਾਂ ਖੁਰਾਕ ਨੇ, ਜਿੱਥੇ ਕੈਮੀਕਲ ਖੇਤੀ ਨੇ, ਸਾਡੇ ਪਿਸ਼ਕ ਦੀ ਗੁਡਾਮ ਤਾਂ ਭਰੇ ਆ, ਪਰ ਹਸਪਤਾਲ ਵੀ ਭਰੇ ਆ, ਫਾਹੇ ਵੀ ਦਵਾਏ ਆ। ਜਿੰਨੇ ਲੋਕ, ਜਿੰਨੇ ਗਰੀਬਾਂ ਨੂੰ ਰੁਜ਼ਗਾਰ ਮਿਲਦਾ, ਇਹਦੇ ਨਾਲ ਕਿਸਾਨੀ ਨੂੰ ਲਾਭ ਮਿਲਦਾ, ਪੈਸਾ ਮਿਲੂਗਾ, ਅਤੇ ਸਮੁੱਚੀ ਮਨੁੱਖਤਾ ਨੂੰ ਤੰਦਰੁਸਤਾ ਮਿਲੂਗੀ। ਸੋ ਇਹ ਹੀ ਜਿਹੜੀਆਂ ਚੀਜ਼ਾਂ ਨੂੰ ਲੈ ਕੇ ਚੱਲੇ ਹਾਂ, ਅਤੇ ਮੈਂ ਸਾਰੇ ਕਿਸਾਨਾਂ ਨੂੰ ਬੇਨਤੀ ਕਰਦਾ ਵੀ ਸਾਡਾ ਇਹ ਖੇਤੀ ਛੁਟਕਾਰਾ ਕਰਾਊ। ਸਾਡੀ ਇਹ ਸੰਪੂਰਨ ਖੇਤੀ ਆ, ਅਤੇ ਕੈਮੀਕਲ ਖੇਤੀ ਅਧੂਰੀ ਖੇਤੀ ਆ। ਅਸੀਂ ਅਧੂਰੀ ਖੇਤੀ ਛੱਡ ਕੇ ਸੰਪੂਰਨ ਖੇਤੀ ਕਰੀਏ। ਇੰਨੀਆਂ ਗੱਲਾਂ ਕਰਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ